Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਮੈਂ ਕਿਸੇ ਨੂੰ ਕੋਈ ਵਿਚਾਰਾਪਨ ਨਹੀਂ ਵਿਖਾਇਆ ਤੇ ਨਾ ਹੀ ਕਿਸੇ ਨੂੰ ਬਲੈਕਮੇਲ ਕੀਤਾ ਹੈ। ਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਜੇ ਮੇਰਾ ਇੱਥੇ ਕਿਸੇ ਨਾਲ ਕੋਈ ਰਿਸ਼ਤਾ ਹੀ ਨਹੀਂ ਹੈ ਤਾਂ ਮੈਂ ਕਿਉਂ ਖੜੀ ਆ ਇੱਥੇ? ਕੀ ਇਸ ਵਿਆਹ ਨੂੰ ਨਹੀਂ ਮੰਨਣਗੇ? ਮੈਂ ਆਪ ਇਸ ਵਿਆਹ ਨੂੰ ਨਹੀਂ ਮੰਨਦੀ। ਹੇ ਤੂੰ ਕੀ ਕਹਿ ਰਹੀ ਹੈ ਹੀਰ? ਤੂੰ ਇਹਨਾਂ ਦੀਆਂ ਗੱਲਾਂ ਚ ਨਾ ਪੁੱਤਰ, ਇਹ ਤੇ ਚਾਹੁੰਦੇ ਹੀ ਇਹੀ ਨੇ। ਨਹੀਂ ਮੰਮੀ, ਮੈਨੂੰ ਇਸ ਘਰ ਤੋਂ ਤੇ ਇਸ ਘਰ ਦੇ ਲੋਕਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਹੁਣ ਇਸ ਘਰ ਚ ਇੱਕ ਮਿੰਟ ਨਹੀਂ ਰਹਿ ਸਕਦੀ। ਓਫੋ, ਹੀਰ ਇੰਨਾ ਗੁੱਸਾ ਨਹੀਂ ਕਰਦੇ, ਇੰਨੇ ਗੁੱਸੇ ਨਾਲ ਤਾਂ ਘਰ ਟੁੱਟ ਜਾਂਦੇ ਨੇ। ਭਲਾ ਹੁਣ ਇਸ ਵਿਆਹ ਨੂੰ ਕੌਣ ਬਚਾਏਗਾ? ਉਹਨੂੰ ਇਹ ਸਭ ਇੱਥੇ ਚੱਲ ਕੀ ਰਿਹਾ ਹੈ ਕਿ ਇਹ ਵਿਆਹ ਹੁਣੇ ਇਸੇ ਟਾਈਮ ਟੁੱਟ ਜਾਊਗਾ। ਹੀਰ ਮੈਡਮ ਨੂੰ ਮੈਂ ਹਮੇਸ਼ਾ ਸ਼ੇਰ ਨਹੀਂ ਮੰਨਿਆ, ਇਹੋ ਜਿਹਾ ਕੰਮ ਨਹੀਂ ਕਰ ਸਕਦੇ। ਬਾਬਾ ਜੀ, ਹੁਣ ਤੁਸੀਂ ਛੇਤੀ ਨਾਲ ਨਾ ਸੱਚ ਸਾਹਮਣੇ ਲਿਆਓ ਤੇ ਇਹ ਵਿਆਹ ਟੁੱਟਣ ਤੋਂ ਬਚਾ ਲਓ। ਅਸੀਂ ਇੱਥੋਂ ਚੱਲਦੇ ਹਾਂ। ਚਲੋ ਮੰਮੀ, ਚਲੋ ਪਾਪਾ, ਚੱਲ ਕਰ ਲਓ। ਰੁਕ ਜਾਓ, ਪਲੀਜ਼ ਰੁਕ ਜਾਓ। ਇੱਦਾਂ ਨਾ ਕਰੋ, ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ। ਚਾਹੇ ਜੋ ਵੀ ਹੋਇਆ, ਜਿਸ ਹਾਲ 'ਚ ਹੋਇਆ, ਪਰ ਸੱਚ ਤਾਂ ਇਹ ਹੈ ਕਿ ਹੁਣ ਤੁਸੀਂ ਸਾਡੇ ਘਰ, ਸਾਡੇ ਪਰਿਵਾਰ ਦਾ ਹਿੱਸਾ ਹੋ। ਡੀਜੇ ਹਾਲੇ ਗੁੱਸੇ 'ਚ ਨੇ, ਪਰ ਜਦੋਂ ਉਹਨਾਂ ਦਾ ਗੁੱਸਾ ਠੰਡਾ ਹੋ ਜਾਏਗਾ ਉਹ ਵੀ ਇਹ ਸਮਝ ਜਾਣਗੇ। ਹਾਲੇ ਨਾ ਦਾਦੀ ਇੱਥੇ ਹੈ ਅਤੇ ਨਾ ਡੀਜੇ ਇੱਥੇ ਹੈ, ਇਸ ਲਈ ਉਹਨਾਂ ਦੇ ਬਿਹਾਫ 'ਤੇ ਮੈਂ ਸਭ ਨਹੀਂ ਹੋਣ ਦੇ ਸਕਦਾ। ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ। ਪਲੀਜ਼ ਇੱਕ ਮਿੰਟ ਰੁਕ ਜਾਓ, ਮੈਂ ਹੁਣੇ ਉਹਨਾਂ ਨੂੰ ਲੈ ਕੇ ਆਉਂਦਾ। ਇਹ ਬਿਲਕੁਲ ਠੀਕ ਕਹਿ ਰਹੇ ਨੇ ਪੁੱਤਰ, ਇੱਕ ਵਾਰ ਜਦੋਂ ਵਿਆਹ ਹੋ ਜਾਵੇ ਤਾਂ ਰਿਸ਼ਤੇ ਇੱਦਾਂ ਨਹੀਂ ਤੋੜੇ ਜਾਂਦੇ। ਹਾਂ ਪੁੱਤਰ, ਇਸ ਟਾਈਮ ਤੁਹਾਨੂੰ ਦੋਨਾਂ ਨੂੰ ਸਬਰ ਨਾਲ ਕੰਮ ਲੈਣਾ ਚਾਹੀਦਾ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।